हाँ करता तो फिर चाह पी आ दीजा चा कोठा की हो गया ਉਹ ਕਹਿੰਦਾ ਦੱਤਾ ਇਹਨਾਂ ਨੇ ਬੰਦ ਕਰਤਾ ਵੀ ਜਿਹੜੇ ਚਾਰ ਵਾਲਾ ਦੁੱਧ ਪਾਉਂਦੇ ਹੁਣ ਨਹੀਂ ਅੱਗੇ ਵਾਲਾ ਕੰਮ ਚੱਲਣਾ ਵੀ 8-10 ਵਜੇ ਤੇ ਹੀ ਪਿਆ ਰਹਿੰਦਾ ਸੀਗਾ ਆਰਾਮ ਨਾਲ ਵੀ ਉੱਠਦਾ ਵੀ ਨਹੀਂ ਸੀ ਹੁਣ 5 ਵਜੇ ਉੱਠ ਕੇ ਪੱਠੇ ਪਾਉਣੇ ਪਿਆ ਕਰਨੇ ਆ ਹਾਂ ਸਹੀ ਗੱਲ ਹੈ ਜੇ ਸ਼ਹਿਰਾਂ ਵਾਲਿਆਂ ਨੂੰ ਪੂਰਾ ਪਿਓਰ ਦੁੱਧ ਦੇ ਦੇਣਾ ਉਹਨਾਂ ਦਾ ਢਿੱਡ ਖਰਾਬ ਹੋ ਜਾਂਦਾ ਵੀ ਭਾਈ ਉੱਠ ਕੇ ਹੁਣ ਨਹੀਂ ਉਹ ਟਾਈਮ ਚੱਲਣਾ ਤੇਰਾ 10-10 ਵਜੇ ਉੱਠਦਾ ਸੀਗਾ ਗਾਂ ਪੱਠੇ ਪਾਉਣੇ 6 ਵਜ ਗਏ ਮੈਂ ਚਾਹ ਪੀ ਲੈਣਾ 6 ਵਜ ਕੇ ਗਾਂ ਪੱਠੇ ਪਾਉਣੇਗੇ ਲਾ ਕਹਿੰਦਾ मंगली तो तेरी है तू पा पठे पाऊंगी तुसी पाओ पठे बंदे ना काम होंदा मैं की करे तेरे मैं चूल्हे चौके तो करूंगी छोड़ मैं गाइयां पठे पाऊंगी लैंदी का तो फिर लैंदी का तो दुध पीण नूं जांदी आ तेरे मगज मेरा ना खा बाला ना मान चाह फल पीला उठ कर अगे वाला कम चलना 8-10 बजे ते ही प्यार रहिंदा सी आराम नाल भी उठदा भी नहीं सी हुण 5 बजे उठ के पट्ठे पाउणे पिया करने आ ਤਾਂ ਅੱਜ ਤਾਂ 6 ਵੱਜ ਗਏ ਆ 5 ਵਜੇ ਪੱਠੇ ਪਾਉਣੇ ਪਿਆ ਕਰਨੇ ਮਾਂ ਇੱਥੋਂ ਨਹੀਂ ਉੱਠਾਂ ਆਂਦੇ ਨਹੀਂ ਸਾਰੇ ਸੂਪੀਓ ਫਿਰ ਆਪੇ ਪੱਠੇ 5 ਵਜੇ ਭਾਲੂਗੀ ਫੇਰ ਹੀ ਧਾਰ ਚੋਵੇਂਗਾ ਮਾਂ ਇੱਥੋਂ ਨਹੀਂ ਸ਼ੋ 24 ਜੂ ਜਾ ਪਰ ਕਹਿ ਨਹੀਂ ਸਾਰਾ ਕੁਝ ਕਰਨਾ ਪਊਗਾ ਨਾ ਨਾ ਦੁੱਧ ਨਹੀਂ ਮਿਲਣਾ ਮੈਂ ਦਾਥਣ ਨੂੰ ਵੇਚ ਦੂੰ ਇਹਨੂੰ ਹਾਂ ਵੇਚ ਦੇ ਆ ਕਾਫੇ ਦੁੱਧ ਲੈਣ ਨੂੰ ਨਹੀਂ ਜਾਂਦਾਗਾ ਫਿਰ ਦੁੱਧ ਲੈ ਕੇ ਆਇਆ ਕਰੋ ਲੈਣ ਨੂੰ ਨਹੀਂ ਜਾਂਦੇਗੇ ਉਹ ਪੂਰੀ ਨਵੀਂ ਸਿਆਪਾ ਪਾ ਦਾ ਨਵਾਂ ਪਾਤਾ ਇਹਨੂੰ ਸ਼ਹਿਰੋਂ ਸ਼ਹਿਰ ਸਿਆਪਾ ਇਹਨੂੰ फिर चार बना तो लोग अजे दुध नहीं लेना चार ते कड़ा को माड़ा पाया हुंदा नकली बना बना बेची जांदा दुध ओह गल ना गल करन दी क्यों नहीं लोड़ किने माड़ी गल पाई हुंदी आ नहीं चार च भी हां खराब तो हुण चार भी नहीं हुंदा गैस तो बनना वा फिर चार पाउंदे का तुहानू लोक फिर हैं चार च चीजां दा वध गई ही पाउंदे आ मक्क फिर लैक तुसीगा तो चार लैके आंदा मिलावटा चली जान गए चार दह जाता गल आप माड़ा तो है नहीं पशु नूं नहीं पर माड़ा हैं
ਮਾੜਾ ਕਿਵੇਂ ਆ ਬਈ? ਤੁਸੀਂ ਚਾਰ ਦੇ ਕੋਲੇ ਖੜ ਕੇ ਦੇਖੋ, ਜਦੋਂ ਮੈਂ ਖੜ ਕੇ ਕਹਿ ਜਾ ਵਾੜ ਦੇਖ ਕੇ ਮੈਂ ਚੜ ਗਈ ਸੜੇ ਖਾਣ ਦਾ ਵਿੱਚੋਂ ਵੀ ਗੋਹੇ ਤੇ ਵੀ ਵੇਖੀ ਤੂੰ ਨਹੀਂ ਉਹਦਾ ਮਾਰਨ ਜਿਆ ਜਿਆ ਡੰਗਰ ਖਾਊ ਜੇ ਮੋ ਵੀ ਗਾਂ ਮੋਗਾ ਮੋਗੇ ਵਾਲੇ ਸੈਂਟਰ ਵਾਲੇ ਨਹੀਂ ਚੱਕਦੇ ਦੁੱਧ ਉਹਨਾਂ ਨੇ ਉਹਨਾਂ ਨੇ ਬੰਦ ਕਰਤਾ ਕੰਮ ਜਿਹਦੇ ਹੁਣ ਇੰਨਾ ਬਣਿਆ ਪਿਆ ਉਹਨੇ ਤਾਂ ਪਾਉਣਾ ਹੀ ਆ ਉਹਨਾਂ ਦਾ ਮਕਾਉਣਾ ਹੀ ਆ ਹੁਣ ਦਾਣਾ ਫੀਡ ਕਿਤੇ ਸਸਤਾ ਵਾ ਲੋਕ ਕਰਨ ਵੀ ਕੀ ਇੱਕ ਗੱਲ ਆ ਦਾਣਾ ਫੀਡ ਦੇਖ ਲਾ ਹੁਣ ਦਾਣਾ ਪਹਿਲਾਂ 1000 ਕੁ ਦੀ ਬੋਰੀ ਹੁੰਦੀ ਸੀ ਹੁਣ 1700-1800 ਦਾ ਦਾਣੇ ਦੀ ਬੋਰੀ ਆਉਂਦੀ ਹੈ ਵਧੀਆ ਜੇ ਪਾਉਣਾ ਕਿਸੇ ਨੇ ਆ 1000 ਦੀ ਤਾਂ ਮਿੱਟੀ ਦੀ ਬੋਰੀ ਆਉਂਦੀ ਹੈ ਜੇ ਕਿਸੇ ਨੇ ਉਈ ਉੱਤੇ ਸ਼ਰ ਭੁੱਕਾਂ ਨੂੰ ਲੈਣਾ ਉਹ ਊਂ ਨਹੀਂ ਪਸ਼ੂ ਖਾਂਦੇ ਹੁਣ ਚਾਰ ਫਾਰਮਾਂ 'ਚ ਬਣੇ ਪਏ ਆ ਇੰਨੇ ਇੰਨੇ ਚਾਰ ਉਹ ਹੁਣ ਫਾਰਮ ਵੀ ਆ ਹੁਣ ਜਿੱਥੋਂ ਆਪਾਂ ਚੱਕ ਕੇ ਲਿਆਂਦਾ ਉਹ ਫਾਰਮ ਪਾਸ ਹੋਇਆ ਪਿਆ ਯੂਨੀਵਰਸਿਟੀ 'ਚੋਂ ਚਾਰ ਉਹਦਾ ਵਿਕਣਾ ਕਿਉਂ ਨਹੀਂ ਹੁਣ ਜਦੋਂ ਯੂਨੀਵਰਸਿਟੀ ਨੇ ਪਾਸ ਕਰਤਾ ਪਾ ਚਾਰ ਉਹ ਚਾਰ ਤਾਂ ਵਿਕ ਨਹੀਂ ਡੈਡੀ ਹੁਣ ਯੂਨੀਵਰਸਿਟੀ ਕਿਤੇ ਕਮਲੀ ਥੋੜੋ ਆ ਉਹ ਚੀਜ਼ਾਂ ਦੇਖ ਕੇ ਪਾਸ ਕਰਦੀ ਆ ਹਾਂ ਹੁਣ ਚਲੋ ਆਪਾਂ ਮੰਨ ਲੈਂਦੇ ਹਾਂ ਵੀ ਲੋਕ ਘਰੇ ਵੀ ਚਾਰ ਪਾਉਂਦੇ ਆ ਉਹ ਨਹੀਂ ਚੀਜ਼ਾਂ ਅੱਧੀਆਂ ਪਾਉਂਦੇ ਹੁਣ ਵਿੱਚ ਹੁਣ ਜਿਵੇਂ ਵੱਡੇ ਵੱਡੇ ਫਾਰਮਾਂ ਹੈ ਯੂਨੀਵਰਸਿਟੀ ਚ ਪਾਸ ਹੋਇਆ ਪਿਆ ਚਾਰ ਹੁਣ ਉਹ ਮਾੜਾ ਥੋੜਾ ਹੋਊਗਾ ਚਾਰ ਹਾਂ ਰੌਲਾ ਤਾਂ ਉਹੀ ਆ ਨਾ ਫਿਰ ਇਹ ਬੰਦ ਕਰੀ ਜਾਂਦੇ ਤਾਂ ਫਿਰ ਗਲਤ ਗੱਲ ਆ ਜਿਹੜੀਆਂ ਐਡੀਆਂ ਐਡੀਆਂ ਲੋਕਾਂ ਨੇ ਗੰਢਾਂ ਬਣਾਈਆਂ ਪਈਆਂ ਕਰੋੜਾਂ ਕਰੋੜਾਂ ਦਾ ਚਾਰ ਬਣਿਆ ਪਿਆ ਉਹ ਫਿਰ ਹੁਣ ਕੀ ਕਰਨਗੇ ਨਹਿਰ ਚ ਕਿਉਂ ਰੋੜਨਾ ਨਹੀਂ ਨਹੀਂ ਨਹਿਰ ਚ ਥੋੜੇ ਰੋੜਨਗੇ ਗੱਲਾਂ ਦਾ ਆਪਾਂ ਕਿਹੜਾ ਕੋਈ ਗਲਤ ਗੱਲ ਕਹੀ ਆ ਆਪਾਂ ਤਾਂ ਕੋਈ ਸਹੀ ਗੱਲ ਹੀ ਕਹਿੰਦੇ ਆ ਆਪਾਂ ਕਿਹੜਾ ਕੋਈ ਮਾੜੀ ਗੱਲ ਕਹੀ ਆ ਵੀ ਹੁਣ ਇਹ ਤਾਂ ਆਪਦਾ ਲੋਟ ਦੇਖਦੇ ਆ ਸਾਰੇ ਵੀ ਹੁਣ ਜਾਂ ਤਾਂ ਦਾਣਾ ਸਸਤਾ ਕਰਨ ਹੈ ਫਿਰ ਦਾਣਾ ਵੀ ਸਸਤਾ ਕਰਨ ਕਿ ਨਹੀਂ ਹਾਂ ਫਿਰ ਦਾਣਾ ਸਸਤਾ ਕਰਨ ਇਹ ਫਿਰ ਦੁੱਧ ਵੀ ਸਸਤਾ ਕਰਨਗੇ ਹਾਂ ਰੌਲਾ ਤਾਂ ਉਹੀ ਆ ਹੁਣ ਦਾਣੇ ਦੀ 1700-1800 ਦੀ ਬੋਰੀ ਆ ਫੀਡ ਦੀ ਖਾਲ ਦੀ ਬੋਰੀ ਕਿੰਨੇ ਦੀ ਆ 1400 ਦੀ ਖਲ ਦੀ ਬੋਰੀ ਆ ਦੇਖ ਲਾ ਫਿਰ ਕਿੱਥੇ ਜਾਊਗਾ ਬੰਦਾ ਪਾ ਕੇ ਰੌਲਾ ਤਾਂ ਉਹੀ ਆ ਨਾ ਦੁੱਧ ਦਾ ਰੇਟ ਕਿੰਨਾ ਵਾ ਹੁਣ 70 ਰੁਪਏ ਵੀ ਦਿੰਦੇ ਆ ਦੁੱਧ ਦਾ ਰੇਟ ਨੂੰ ਕੀ ਪੁੱਛਣਾ ਡੈਰੀ ਵਾਲੇ ਕਿੰਨੇ ਰੁਪਏ ਦਿੰਦੇ ਆ ਡੈਰੀ ਦਾ ਕੀ ਆ ਡੈਡੀ ਆਪਾਂ ਕਿੰਨੇ ਰੁਪਏ ਕਿਲੋ ਲਿਆ ਸੀ ਲਾ ਉਹ ਗੱਲ ਸਾਡਾ ਫਿਰ ਮੈਨੂੰ ਲੱਗਦਾ 75 ਪਤਾ ਨੀ 76 ਰੁਪਏ ਲੀਟਰ ਆ ਹਾਂ ਉਹ ਵੀ ਕਿਹੜਾ ਉਹ ਵੀ ਮੈਕਸ ਹੀ ਹੁੰਦਾ ਵਾ ਰੌਲਾ ਤਾਂ ਉਹੀ ਆ ਦੁੱਧ ਚ ਮਿਲਾਵਟ ਵਾਲੀ ਹੁੰਦੀ ਆ ਹਾਂ ਇਹ ਚਾਰ ਤੇ ਰੌਲਾ ਪਾਉਣ ਲੱਗ ਗਏ ਨਾਲ ਚਾਰ ਚ ਕਿਹੜਾ ਕੋਈ ਮਿਲਾਵਟ ਹੁੰਦੀ ਆ ਹੁਣ ਜਿਹਦਾ ਇੰਨਾ ਇੰਨਾ ਚਾਰ ਲੋਕਾਂ ਦਾ ਬਣਾਇਆ ਪਿਆ ਜਾਂ ਹੁਣ ਗੰਢਾਂ ਇੰਨੀਆਂ ਇੰਨੀਆਂ ਬਣਾਈਆਂ ਪਈਆਂ ਫਾਰਮਾਂ ਚ ਉਹ ਹੁਣ ਤਾਂ ਉਹਦਾ ਫਿਰ ਕਰਨ ਕੀ ਉਹ ਕਰੋੜਾਂ ਦਾ ਨੁਕਸਾਨ ਆ ਹੁਣ ਰੋਜ਼ ਦੁੱਧ ਚ ਕਿੰਨੀ ਮਿਲਾਵਟ ਹੁੰਦੀ ਆ ਕਿੰਨੀ ਹਜ਼ਾਰਾਂ ਦੁੱਧ ਐਂ ਮਿਲਾਵਟ ਹੀ ਬਣਦਾ ਹੁਣ ਆਪਾਂ ਸ਼ਹਿਰਾਂ ਦੀ ਗੱਲ ਕਰ ਲੈਂਦੇ ਹਾਂ ਦੇਖ ਲਾ ਮੰਮੀ ਦੁੱਧ ਦੀ ਹੈਂ ਹਾਂ ਹਾਂ ਉੱਥੇ ਕਿਤੇ ਪਿਆ ਦੁੱਧ ਮਿਲਦਾ ਹੈਂ
पूरा प्योर दुध दे देना उन्हां दा ज्यादा ढिड खराब हो जाता है ना लैटरिन लग जा प्योर दुध पी नहीं सकते पी ता नहीं सकते क्योंकि शुरू तो मिले ही उन्होंने मैक्स दुध कई भी कर लेंदे कई बिच पानी बहुत ठोक दे ना बंदे उथों फिर काम खराब हुंदा वा गाइयां दा दुध चलो पतला हुंदा सही गल है आहो फड़े भी बहुत जांदे आ बंदे सही गल फड़े भी जांदे आ बंदे हुण तां सख्ताई बहुत हो चली हुण सरदार मेनू ना नहीं पता ओ बहुत रेडा मार नहीं ऊ भी रेडा बहुत मार जानी क्या जिवें हुण दुकाना ते आ मठियाई वालियां ते दुध वालियां ते गुड़ दियां कलाड़ियां ते आ करियाने वालियां दुकाना ते जिहड़ा पुराना पुरूना समान हुंदा सब चुकाउंदा उह वधिया नहीं हुण तेरे हिसाब नाल जिहड़ा इह चार वाला दुध बंद करदे सही गल करदे आ पता लगो हुण अपने जदों सूगी बैठ